किसी वड्डे लीडर के खिलाफ इदां दी शब्दावली जिहड़ी वरतनी है, एक पत्रकार नूं शोभा नहीं दिंदी, उह उहनां वल्लों कीता गया। ਤੇ ਉਸ ਤੋਂ ਬਾਅਦ ਜਿਹੜਾ ਐਫ ਆਈ ਆਰ ਦੇ ਬਾਅਦ ਚੋਂ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ, ਉਸ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਜਿਹੜਾ ਹੈ ਸਗੋਂ ਸਟੇਅ ਦਿੱਤਾ ਜਾਂਦਾ ਹੈ। ਫਰੀਡਮ ਆਫ ਸਪੀਚ ਦੀਆਂ ਕੁਝ ਬਾਉਂਡਰੀਜ਼ ਨੇ, ਕੁਝ ਜ਼ਿੰਮੇਵਾਰੀਆਂ ਜੁੜੀਆਂ ਹੋਈਆਂ ਨੇ। ਤੇ ਸਵਾਲ ਇੱਥੇ ਇਹ ਹੁੰਦਾ ਕਿ ਜਿਹੜੇ ਜੰਮੂ ਕਸ਼ਮੀਰ 'ਚ ਆਪਾਂ ਕਹੀਏ ਕਿ ਪੱਤਰਕਾਰ ਅਰੈਸਟ ਕੀਤੇ ਜਾਂਦੇ, ਉਹਨਾਂ 'ਤੇ ਐਫ ਆਈ ਆਰ ਹੁੰਦੀਆਂ ਹੈਗੀਆਂ। ਪੰਜਾਬ ਵਿੱਚ ਦੋ ਪੱਤਰਕਾਰਾਂ ਨੂੰ ਪਿਛਲੇ ਦਿਨ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੇ ਉਹ ਨਿਹੰਗ ਸਿੰਘਾਂ ਵਾਲੀ ਘਟਨਾ ਦੇ ਸੰਬੰਧ ਵਿੱਚ ਆਪਣੇ ਵਿਚਾਰ ਪ੍ਰਗਟ ਕਰੇ ਸੀ। ਇੱਕ ਤਰ੍ਹਾਂ ਨਾਲ ਸੁਪਰੀਮ ਕੋਰਟ ਦੀਆਂ ਅਤੇ ਪ੍ਰੈਸ ਕੌਂਸਲ ਆਫ ਇੰਡੀਆ ਦੀਆਂ ਜਿਹੜੀਆਂ ਕਾਰਵਾਈਆਂ, ਉਹ ਕਿਤੇ ਨਾ ਕਿਤੇ ਸ਼ੱਕ ਪੈਦਾ ਕਰਦੀਆਂ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਕਿ ਪਿਛਲੇ ਹਫ਼ਤੇ ਆਪਾਂ ਗੱਲਬਾਤ ਵੀ ਕੀਤੀ ਸੀ ਕਿ ਇੱਕ ਪੱਤਰਕਾਰ ਦੇ ਖਿਲਾਫ਼ ਜਿਹੜੀ ਹੈ, ਜਿਹੜੀ ਆਪਾਂ ਕਹੀ ਕਿ ਮਹਾਰਾਸ਼ਟਰ ਦੇ ਵਿੱਚ ਘਟਨਾ ਵਾਪਰੀ ਸੀ, ਅਤੇ ਉਸ ਤੋਂ ਬਾਅਦ ਇੱਕ ਪੱਤਰਕਾਰ ਵੱਲੋਂ ਨੈਸ਼ਨਲ ਟੀ ਵੀ ਚੈਨਲ 'ਤੇ ਬਹੁਤ ਜ਼ਿਆਦਾ ਜਿੱਦਾਂ ਆਪਾਂ ਕਹੀ ਕਿ ਭੱਦੀ ਸ਼ਬਦਾਵਲੀ ਵਰਤੀ ਗਈ, ਇੱਕ ਤਰ੍ਹਾਂ ਨਾਲ ਜਿਹੜਾ ਹੈ ਕਿ ਸਰਕਾਰ ਨੂੰ ਚੈਲੰਜ ਨਹੀਂ ਕੀਤਾ ਗਿਆ, ਈਵਨ ਕਿ ਜੇ ਆਪਾਂ ਕਹੀ ਕਿ ਕਿਸੇ ਵੱਡੇ ਲੀਡਰ ਦੇ ਖਿਲਾਫ਼ ਇੱਦਾਂ ਦੀ ਸ਼ਬਦਾਵਲੀ ਜਿਹੜੀ ਵਰਤਣੀ ਹੈ, ਇੱਕ ਪੱਤਰਕਾਰ ਨੂੰ ਸ਼ੋਭਾ ਨਹੀਂ ਦਿੰਦੀ, ਉਹ ਉਹਨਾਂ ਵੱਲੋਂ ਕੀਤਾ ਗਿਆ। ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਦੇ ਉੱਤੇ ਅਲੱਗ ਅਲੱਗ ਜਗ੍ਹਾ 'ਤੇ ਐੱਫ ਆਈ ਆਰਸ ਦਰਜ ਹੁੰਦੀਆਂ ਨੇ, ਅਤੇ ਉਸ ਤੋਂ ਬਾਅਦ ਜਿਹੜਾ ਐੱਫ ਆਈ ਆਰ ਦੇ ਬਾਅਦ 'ਚੋਂ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ, ਉਸ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਜਿਹੜਾ ਹੈ ਸਗੋਂ ਸਟੇਅ ਦਿੱਤਾ ਜਾਂਦਾ ਹੈ। ਅਵਤਾਰ ਸਿੰਘ ਜੀ, ਕੀ ਕਹੋਗੇ ਤੁਸੀਂ? ਪਹਿਲਾਂ ਤਾਂ ਆਪਾਂ ਇਸ ਪ੍ਰਕਰਨ 'ਚ ਆਉਂਦੇ ਹਾਂ, ਅਤੇ ਫਿਰ ਆਪਾਂ ਕੰਪੈਰੀਜ਼ਨ ਜਿਹੜਾ ਹੈਗਾ ਦੂਜੀ ਜਗ੍ਹਾ 'ਤੇ ਵੀ ਕਰਾਂਗੇ। ਇਹ ਸਾਰੀ ਘਟਨਾਕ੍ਰਮ ਬਾਰੇ ਤੁਸੀਂ ਕੀ ਕਹੋਗੇ? ਹਾਂਜੀ, ਪਿਛਲੇ ਦਿਨੀ ਜਦੋਂ ਉਸ ਪੱਤਰਕਾਰ ਨੇ ਜੋ ਜ਼ਹਿਰ ਉਗਰਨ ਲਈ ਮਸ਼ਹੂਰ ਹੈਗਾ ਭਾਰਤੀ ਟੀ ਵੀ ਚੈਨਲਾਂ 'ਤੇ, ਅਤੇ ਉਹਦੇ ਖਿਲਾਫ਼ ਫਿਰ ਜਦੋਂ ਬੀਬੀ ਸੋਨੀਆ ਗਾਂਧੀ ਦੇ ਖਿਲਾਫ਼ ਉਹਨਾਂ ਨੇ ਕਾਫ਼ੀ ਜ਼ਹਿਰ ਉਗਲਿਆ, ਤਾਂ ਵੱਖ ਵੱਖ ਥਾਵਾਂ 'ਤੇ ਕਾਂਗਰਸੀ ਵਰਕਰਸ ਨੇ ਜਾਂ ਕਾਂਗਰਸ ਦੇ ਨੇਤਾਵਾਂ ਨੇ ਉਹਨਾਂ ਦੇ ਖਿਲਾਫ਼ ਐੱਫ ਆਈ ਆਰ ਦਰਜ ਕਰਾਈਆਂ, ਥਾਣਿਆਂ ਵਿੱਚ ਰਿਪੋਰਟਾਂ ਦਰਜ ਕਰਾਈਆਂ ਨੇ। ਸੋ ਜਦੋਂ ਥਾਣੇ ਵਿੱਚ ਫਾਰਮਲ ਰਿਪੋਰਟ ਦਰਜ ਹੋ ਜਾਂਦੀ ਆ ਤਾਂ ਉਹਨਾਂ ਦੀ ਗ੍ਰਿਫਤਾਰੀ ਦੀ ਸੰਭਾਵਨਾ ਬਣ ਗਈ ਸੀ ਵੀ ਇੰਨੀਆਂ ਜ਼ਿਆਦਾ ਜਿਹੜੀਆਂ ਐੱਫ ਆਈ ਆਰ ਦਰਜ ਹੋਈਆਂ ਕਿਸੇ ਨਾ ਕਿਸੇ ਸਟੇਟ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ। ਈਵਨ ਮੇਰਾ ਖਿਆਲ ਮਹਾਰਾਸ਼ਟਰ ਵਿੱਚ ਵੀ ਉਹਨਾਂ ਦੇ ਖਿਲਾਫ਼ ਐੱਫ ਆਈ ਆਰ ਦਰਜ ਹੋਈ ਆ। ਸੋ ਉਹ ਉਸ ਟਾਈਮ ਮਹਾਰਾਸ਼ਟਰ ਵਿੱਚ ਹੀ ਰਹਿ ਰਹੇ ਸੀ ਬੰਬੇ 'ਚ, ਅਤੇ ਉਹਨਾਂ ਦੀ ਗ੍ਰਿਫਤਾਰੀ ਦੀ ਸੰਭਾਵਨਾ ਬਣ ਗਈ ਸੀ। ਪਰ ਇਹ ਹੋਇਆ ਵੀ ਉਹਨਾਂ ਨੇ ਫਿਰ ਉਹਨਾਂ ਦੇ ਵਕੀਲ ਨੇ ਸੁਪਰੀਮ ਕੋਰਟ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਆ ਵੀ ਇਹ ਫਰੀਡਮ ਆਫ ਸਪੀਚ ਹੈਗਾ, ਵੀ ਪੱਤਰਕਾਰ ਦੀ ਜਿਹੜੀ ਇੱਕ ਫਰੀਡਮ ਆਫ ਸਪੀਚ ਹੈ ਉਹਦੇ 'ਤੇ ਵਾਰ ਕੀਤਾ ਜਾ ਰਿਹਾ ਵੀ ਇਹਨੂੰ ਫਰੀਡਮ ਆਫ ਸਪੀਚ ਦਾ ਜਿਹੜਾ ਹੱਕ ਮਿਲਣਾ ਚਾਹੀਦਾ, ਉਹਨੇ ਜੋ ਕੁਛ ਬੋਲਿਆ ਉਹਦੇ ਖਿਲਾਫ਼ ਕੋਈ ਆਵਾਜ਼ ਨਹੀਂ ਉੱਠਣੀ ਚਾਹੀਦੀ ਜਾਂ ਐੱਫ ਆਈ ਆਰ ਨਹੀਂ ਦਰਜ ਹੋਣੀ ਚਾਹੀਦੀ। ਪਰ ਉਹਦੇ ਖਿਲਾਫ਼ ਸੋਨੀਆ ਗਾਂਧੀ ਵੱਲੋਂ ਸੀਨੀਅਰ ਵਕੀਲ ਮਿਸਟਰ ਕਪਿਲ ਸਿੱਬਲ ਸੀਗੇ ਜਿਹੜੇ, ਉਹ ਸੁਪਰੀਮ ਕੋਰਟ 'ਚ ਪੇਸ਼ ਹੋਏ ਆ। ਉਹਨਾਂ ਨੇ ਵੀ ਇਹ ਗੱਲ ਕਰੀ ਆ ਵੀ ਫਰੀਡਮ ਆਫ ਸਪੀਚ ਦੀਆਂ ਕੁਛ ਬਾਉਂਡਰੀਜ਼ ਨੇ, ਕੁਛ ਜ਼ਿੰਮੇਵਾਰੀਆਂ ਜੁੜੀਆਂ ਹੋਈਆਂ ਨੇ। ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਜੋ ਵੀ ਬਕਵਾਸ ਆ, ਗਾਲੀ ਗਲੋਚ ਆ ਜਿਹੜਾ, ਉਹ ਕਿਸੇ ਦੇ ਖਿਲਾਫ਼ ਵੀ ਵਰਤਦੇ ਹੋ, ਹੈ ਨਾ, ਵੀ ਤੁਸੀਂ ਐਬਸੋਲਿਊਟ ਅਥਾਰਟੀ ਨਹੀਂ ਹੈਗੇ, ਹੈ ਨਾ। ਰਾਈਟਸ ਐਂਡ ਡਿਊਟੀਜ਼ ਆ ਜਿਹੜੀਆਂ ਦੋਵੇਂ ਹੈਂਡ ਟੂ ਹੈਂਡ ਚੱਲਦੀਆਂ ਹੈਗੀਆਂ ਭਾਰਤੀ ਸੰਵਿਧਾਨ ਵਿੱਚ, ਜਿੱਥੇ ਸਾਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਹੱਕ ਹੈ, ਉੱਥੇ ਸਾਨੂੰ ਇਹ ਜ਼ਿੰਮੇਵਾਰੀ ਵੀ ਅਸੀਂ ਕਿਸੇ ਦੇ ਖਿਲਾਫ਼ ਉਹਦਾ ਕਰੈਕਟਰ ਅਸੈਸੀਨੇਸ਼ਨ ਨਾ ਕਰੀਏ। ਸੋ ਪਰ ਸੁਪਰੀਮ ਕੋਰਟ ਨੇ ਹਾਲ ਦੀ ਘੜੀ ਇਹ ਹੋਇਆ ਵੀ ਉਸ ਪੱਤਰਕਾਰ ਦੇ ਹੱਕ ਵਿੱਚ ਫੈਸਲਾ ਸੁਣਾਇਆ ਵੀ 3 ਹਫ਼ਤਿਆਂ ਤੱਕ ਕਿਸੇ ਵੀ ਐੱਫ ਆਈ ਆਰ ਦੇ ਮਾਮਲੇ ਵਿੱਚ ਉਹਦੀ ਗ੍ਰਿਫਤਾਰੀ ਨਹੀਂ ਹੋ ਸਕਦੀ, 3 ਹਫ਼ਤਿਆਂ ਨੂੰ ਕੇਸ ਸੁਣਿਆ ਜਾਊਗਾ ਅਤੇ ਉਹ ਤੋਂ ਬਾਅਦ ਕੋਈ ਕਾਰਵਾਈ ਹੋਊਗੀ। ਸੋ ਅਸੀਂ ਸਮਝਦੇ ਹਾਂ ਵੀ ਸੁਪਰੀਮ ਕੋਰਟ ਨੇ ਇੱਕ ਤਰ੍ਹਾਂ ਨਾਲ ਉਹਨੂੰ ਬਚਾਇਆ ਹੈਗਾ, ਅਤੇ ਦੂਜੇ ਪਾਸੇ ਪ੍ਰੈਸ ਕੌਂਸਲ ਆਫ ਇੰਡੀਆ ਨੇ ਵੀ ਇੱਕਦਮ ਬਿਆਨ ਜਾਰੀ ਕਰ ਦਿੱਤਾ ਵੀ ਪੱਤਰਕਾਰ ਦੀ ਜਿਹੜੀ ਆਜ਼ਾਦੀ ਆ ਉਹਨੂੰ ਖਤਰਾ ਮੰਡਰਾ ਰਿਹਾ ਹੈਗਾ। ਸੋ ਪੱਤਰਕਾਰਾਂ ਦੇ ਬੋਲਣ ਦੀ ਆਜ਼ਾਦੀ ਦੇ ਖਿਲਾਫ਼ ਸਵਾਲ ਜੀ, ਤੇ ਸਵਾਲ ਇੱਥੇ ਇਹ ਹੁੰਦਾ ਕਿ ਜਿਹੜੇ ਜੰਮੂ ਕਸ਼ਮੀਰ 'ਚ ਆਪਾਂ ਕਹੀਏ ਕਿ ਪੱਤਰਕਾਰ ਅਰੈਸਟ ਕੀਤੇ ਜਾਂਦੇ, ਉਹਨਾਂ 'ਤੇ ਐੱਫ ਆਈ ਆਰ ਹੁੰਦੀਆਂ ਹੈਗੀਆਂ, ਜਾਂ ਪੰਜਾਬ ਦੇ ਵਿੱਚ ਕੁਛ ਪੱਤਰਕਾਰਾਂ ਨੂੰ ਵੀ ਇਸ ਤਰੀਕੇ ਨਾਲ ਅਰੈਸਟ ਕੀਤਾ ਗਿਆ, ਅਤੇ ਇਹ ਕੀ ਫਿਰ ਇਹ ਆਪਾਂ ਦੁਬਾਰਾ ਗੱਲ ਉਹੀ ਆ ਜਾਂਦੀ ਹੈ ਕਿ ਦੋਗਲਾ ਕਾਨੂੰਨ ਦੀ ਵਰਤੋਂ ਨਹੀਂ ਕੀਤੀ ਜਾ ਰਹੀ? ਹਾਂ ਬਿਲਕੁਲ ਜੀ, ਬਿਲਕੁਲ। ਇਹ ਤੁਸੀਂ ਦੇਖੋ ਵੀ ਪ੍ਰੈਸ ਕੌਂਸਲ ਆਫ ਇੰਡੀਆ ਉਦੋਂ ਕੋਈ ਬਿਆਨ ਨਹੀਂ ਦਿੰਦੀ ਜਦੋਂ ਜੰਮੂ ਕਸ਼ਮੀਰ ਦੇ ਦੋ ਪੱਤਰਕਾਰ, ਉਹਨਾਂ ਨੇ ਸਿਰਫ ਲੋਕਡਾਊਨ ਬਾਰੇ ਆਪਣੇ ਵਿਚਾਰ ਪ੍ਰਗਟ ਕਰੇ ਸੀ। ਦੋਵੇਂ ਮੁਸਲਮਾਨ ਨੇ, ਆਪਾਂ ਸਪਸ਼ਟ ਦੱਸੀਏ, ਉਹਨਾਂ ਤੇ ਅਨਲਾਫੁਲ ਐਕਟੀਵਿਟੀਜ਼ ਦਾ ਜਿੱਦਾਂ ਕੇਸ ਦਰਜ ਕਰਕੇ ਜਿਹੜਾ ਦੇਸ਼ ਵਿਰੋਧੀ ਸਮਝਿਆ ਜਾਂਦਾ ਵੀ ਦੇਸ਼ ਵਿਰੋਧੀ ਕਾਰਵਾਈਆਂ ਦਾ ਕਾਨੂੰਨ ਤਹਿਤ ਉਹਦੇ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਉਹਨਾਂ ਤੇ ਐੱਫ ਆਈ ਆਰ ਦਰਜ ਹੋ ਗਈ ਹੋਈ ਆ। ਪੰਜਾਬ ਵਿੱਚ ਦੋ ਪੱਤਰਕਾਰਾਂ ਨੂੰ ਪਿਛਲੇ ਦਿਨ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੇ ਉਹ ਨਿਹੰਗ ਸਿੰਘਾਂ ਵਾਲੀ ਘਟਨਾ ਦੇ ਸੰਬੰਧ ਵਿੱਚ ਆਪਣੇ ਵਿਚਾਰ ਪ੍ਰਗਟ ਕਰੇ ਸੀ। ਉਹਨਾਂ ਮਾਮਲਿਆਂ ਵਿੱਚ ਨਾ ਕਦੀ ਪ੍ਰੈਸ ਕੌਂਸਲ ਆਫ ਇੰਡੀਆ ਬੋਲੀ ਹੈ ਅਤੇ ਨਾ ਸੁਪਰੀਮ ਕੋਰਟ ਵੱਲੋਂ ਕੋਈ ਡਾਇਰੈਕਸ਼ਨਸ ਆਉਂਦੀਆਂ ਹੈਗੀਆਂ, ਹੈ ਨਾ, ਪੱਤਰਕਾਰਾਂ ਦੀ ਗ੍ਰਿਫਤਾਰੀ ਦੇ ਖਿਲਾਫ਼ ਜਾਂ ਉਹਨਾਂ ਦੇ ਕੇਸ ਲੜਨ ਦੇ ਖਿਲਾਫ਼।
ਤੁਸੀਂ ਦੇਖੋ ਵੀ ਇੰਡੀਆ ਦਾ ਇੱਕ ਬਹੁਤ ਵੱਡੀ ਵੈਬਸਾਈਟ ਹੈ ਦਾ ਪ੍ਰਿੰਟ, ਉਹ ਬਹੁਤ ਜਿੱਦਾਂ ਰਿਸਪੈਕਟੇਬਲ ਹੈਗੀ ਆ ਵੈਬਸਾਈਟ, ਵੈਬ ਪੋਰਟਲ ਹੈਗਾ ਜੀ। ਉਹਦੇ ਉਹਦਾ ਜਿਹੜਾ ਮੈਨੇਜਿੰਗ ਐਡੀਟਰ ਆ, ਉਹਨੇ ਯੋਗੀ ਆਦਿੱਤਿਆਨਾਥ ਦੇ ਖਿਲਾਫ ਕੋਈ ਖਬਰ ਲਾਈ ਸੀ, ਉਹਦੇ ਖਿਲਾਫ FIR ਦਰਜ ਹੋਈ ਆ, ਤੇ 700 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਪੁਲਿਸ ਆਫਿਸਰ ਲੋਕਡਾਊਨ ਵਿੱਚ ਉਹਨੂੰ ਸੰਮਣ ਦੇਣ ਆਇਆ ਵੀ ਅਦਾਲਤ ਵਿੱਚ ਪੇਸ਼ ਹੋਏ, ਨਹੀਂ ਤੇਰੇ ਖਿਲਾਫ ਕਾਰਵਾਈ ਹੋ ਗਈ। ਸੋ ਪ੍ਰੈਸ ਕੌਂਸਲ ਆਫ ਇੰਡੀਆ ਨੇ ਕੋਈ ਬਿਆਨ ਨਹੀਂ ਦਿੱਤਾ, ਕਿਉਂਕਿ ਉਹ ਜਿਹੜੀ ਐਸਟੈਬਲਿਸ਼ਡ ਧਿਰ ਆ ਉਹਦੇ ਖਿਲਾਫ ਬੋਲਦਾ ਹੈਗਾ ਨਾ। ਉਸ ਵੇਲੇ ਪ੍ਰੈਸ ਕੌਂਸਲ ਆਫ ਇੰਡੀਆ ਦੀ ਕੋਈ ਕਾਰਵਾਈ ਨਹੀਂ ਆਉਂਦੀ, ਨਾ ਸੁਪਰੀਮ ਕੋਰਟ ਦੀ ਆਉਂਦੀ ਆ। ਸੋ ਅਸੀਂ ਸਮਝਦੇ ਹਾਂ ਵੀ ਇੱਕ ਤਰ੍ਹਾਂ ਨਾਲ ਸੁਪਰੀਮ ਕੋਰਟ ਦੀਆਂ ਤੇ ਪ੍ਰੈਸ ਕੌਂਸਲ ਆਫ ਇੰਡੀਆ ਦੀਆਂ ਜਿਹੜੀਆਂ ਕਾਰਵਾਈਆਂ ਉਹ ਕਿਤੇ ਨਾ ਕਿਤੇ ਸ਼ੱਕ ਪੈਦਾ ਕਰਦੀਆਂ ਸਮੁੱਚੇ ਸ਼ਹਿਰੀਆਂ ਵਿੱਚ, ਜਿਹੜੇ ਇਨਸਾਫ ਪਸੰਦ ਸ਼ਹਿਰੀ ਨੇ ਉਹਨਾਂ ਨੂੰ ਲੱਗਦਾ ਵੀ ਇਹ ਫੇਵਰੇਟਿਜ਼ਮ ਹੋ ਰਿਹਾ। ਸੋ ਅਦਾਲਤਾਂ ਨੂੰ ਤੇ ਮੀਡੀਆ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਇਸ ਤਰ੍ਹਾਂ ਦਾ ਪੱਖਪਾਤ ਨਹੀਂ ਕਰਨਾ ਚਾਹੀਦਾ, ਸਾਰਿਆਂ ਨਾਲ ਇੱਕੋ ਜਿਹਾ ਹੀ ਵਿਹਾਰ ਕਰਨਾ ਚਾਹੀਦਾ ਹੈ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।